ਸਤਿ ਸ਼੍ਰੀ ਅਕਾਲ ਜੀ, ਵਾਇਸ ਆਫ ਇੰਡੀਆ 24/7 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਕਲਚਰ ਦੇ ਨਾਲ ਜਾਂ ਸੱਭਿਆਚਾਰਕ ਦੇ ਨਾਲ ਅਸੀਂ ਜੋੜਨ ਦੀ ਕੋਸ਼ਿਸ਼ ਕਰੀਏ। ਔਰ ਖਾਸ ਕਰਕੇ ਅਸੀਂ ਫਿਲਮ ਇੰਡਸਟਰੀ ਅਗਰ ਗੱਲ ਕਰਦੇ ਹਾਂ ਤਾਂ ਬੋਲੀਵੁੱਡ ਨੇ ਵੀ ਜਿਹੜੀ ਆਪਣੀ ਧਾਕ ਜਿਹੜੀ ਆ ਉਹ ਸਾਰੀ ਦੁਨੀਆ ਵਿੱਚ ਜਮਾ ਕੇ ਰੱਖੀ ਹੈ। 5 ਅਪ੍ਰੈਲ ਨੂੰ ਇੱਕ ਪੰਜਾਬੀ ਫਿਲਮ ਜਿਹੜੀ ਹੈਗੀ ਹੈ ਉਹ ਆ ਰਹੀ ਹੈ, ਗੈਂਗਸਟਰ ਵਰਸਿਸ ਸਟੇਟ। ਅਤੇ ਇਸ ਫਿਲਮ ਦੀ ਕਾਸਟਿੰਗ ਜਿਹੜੀ ਹੈਗੀ ਹੈ ਖਾਸ ਕਰਕੇ ਆਪਾਂ ਵੇਖਦੇ ਹਾਂ ਤਾਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੀ ਹੈ ਜ਼ਿਆਦਾ। ਅਤੇ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਇੱਕ ਡੈਬਿਊ ਵੀ ਕੀਤਾ ਹੈ, ਜਿਹਦੇ ਵਿੱਚ ਚਾਹੇ ਡਾਇਰੈਕਟਰ ਹੋਣ ਚਾਹੇ ਐਕਟਰ ਹੋਣ। ਅਤੇ ਅੱਜ ਉਹਨਾਂ ਦੀ ਸਾਰੀ ਟੀਮ ਜਿਹੜੀ ਹੈਗੀ ਹੈ ਉਹ ਅੰਮ੍ਰਿਤਸਰ ਪਹੁੰਚੀ ਹੈ। ਔਰ ਇਸ ਵਕਤ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਜੀ ਡਾਇਰੈਕਟਰ ਸਾਹਿਬ ਨੇ ਸਾਡੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਫਿਲਮ ਕਿਸ ਤਰ੍ਹਾਂ ਦੀ ਹੈ ਔਰ ਕੀ ਹੈਗਾ ਜੀ ਕੰਸੈਪਟ? ਫਿਲਮ ਇੱਕ ਐਕਸ਼ਨ ਮੂਵੀ ਹੈ ਅਤੇ ਇਹਦੇ ਵਿੱਚ ਕੰਸੈਪਟ ਇਹੀ ਹੈ ਕਿ ਕਿਸ ਤਰ੍ਹਾਂ ਸਰਕਾਰ ਦੇ ਜ਼ੋਏ ਪ੍ਰੈਸ਼ਰ ਦੇ ਹੇਠਾਂ ਆ ਕੇ ਕਿਸੇ ਨੌਜਵਾਨ ਗਲਤ ਸਟੈਪ ਚੱਕ ਰਹੇ ਨੇ, ਗੈਂਗਸਟਰ ਬਣ ਰਹੇ ਨੇ, ਉਸ ਦੇ ਉੱਤੇ ਇਹ ਮੂਵੀ ਹੈ। ਔਰ ਜਿਸ ਤਰ੍ਹਾਂ ਕਿ ਇਸ ਫਿਲਮ ਦਾ ਤੁਸੀਂ ਡੈਬਿਊ ਕਰਦੇ ਹੋ, ਇਸ ਤੋਂ ਪਹਿਲੇ ਕੀ ਕੁਛ ਤੁਸੀਂ ਕੀਤਾ ਔਰ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ? ਪਹਿਲਾਂ ਮੈਂ ਇੱਕ ਫਿਲਮ ਕਪਿਲ ਪੁੱਤਰ ਪ੍ਰੋਡਕਸ਼ਨ ਅੰਡਰ ਇਸ਼ਕ ਨਵੇਂ ਰੱਬਾ ਐਡਿਟ ਕੀਤੇ ਸੀ, ਇਸ ਤੋਂ ਇਲਾਵਾ ਗਾਣੇ ਅਤੇ ਕੁਛ ਸ਼ਾਰਟ ਫਿਲਮ ਕੀਤੇ ਸੀ। ਅਤੇ ਕਾਫੀ ਵਧੀਆ ਐਕਸਪੀਰੀਅੰਸ ਰਿਹਾ ਮੂਵੀ ਕਰਦੇ ਹੋਏ, ਕਾਫੀ ਕੁਛ ਸਿੱਖਣ ਨੂੰ ਮਿਲਿਆ ਅਤੇ ਕਾਫੀ। ਫਿਲਮ ਦੀ ਕਾਸਟ ਦੇ ਵਿੱਚ ਕੌਣ ਕੌਣ ਹੈਗਾ ਔਰ ਕੀ ਮੇਨਲੀ ਕੀ ਮੈਸੇਜ ਦੇਗੀ ਫਿਲਮ ਦੀ ਕਾਸਟ ਦੇ ਵਿੱਚ? ਮਨਤੇਜ ਮਾਨ, ਅੰਮ੍ਰਿਤ ਰੰਧਾਵਾ, ਸੋਨਾਕਸ਼ੀ ਸ਼ਰਮਾ, ਹਮਨੀਸ਼ ਰਾਜਪੂਤ, ਸਾਜਨ ਕਪੂਰ, ਜਾਨਵੀਰ ਕਪੂਰ, ਕਰਨ ਸਰ ਔਰ ਕ੍ਰਿਸ਼ਨ ਪਾਂਡੇ, ਕਰਾਇਮ ਪੈਟਰੋਲ ਬਾਰੇ ਅਤੇ ਹਰਪਾਲ ਸਰ, ਕਾਫੀ ਵਧੀਆ ਵਧੀਆ ਐਕਟਰਸ ਨੇ ਅਤੇ ਕਾਫੀ ਨਿਊ ਵੀ ਨੇ। ਅਤੇ ਫਿਲਮ ਦਾ ਮੈਸੇਜ ਬੇਸਿਕਲੀ ਦੂਜਾ ਆਇਆ ਕਿ ਕਿਸ ਤਰ੍ਹਾਂ ਦਿਖਾਇਆ ਗਿਆ ਆਪਾਂ ਸਰਕਾਰ ਕੀ ਕਰ ਰਹੀ ਆ, ਕਿਸ ਤਰ੍ਹਾਂ ਕਰ ਰਹੀ ਆ ਕੁਝ। ਮੈਂ ਕਿ ਹਰ ਸਰਕਾਰੀ ਬੰਦਾ ਮਾੜਾ ਨਹੀਂ ਹੁੰਦਾ, ਹਰ ਪੁਲਿਸ ਵਾਲਾ ਮਾੜਾ ਨਹੀਂ ਹੁੰਦਾ, ਹਰ ਵਕੀਲ ਮਾੜਾ ਨਹੀਂ ਹੁੰਦਾ, ਬਟ ਵਿੱਚ ਕੁਝ ਮਾੜੇ ਲੋਕ ਵੀ ਆ, ਕੁਛ ਵਿੱਚ ਮਾੜੇ ਮਿਨਿਸਟਰ ਵੀ ਆ, ਕੁਛ ਮਾੜੇ ਜੋ ਕਿ ਨੌਜਵਾਨਾਂ ਨੂੰ ਗਲਤ ਪਾਸੇ ਪਾ ਰਹੇ। ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਹੈਗੀਆਂ ਗੈਂਗਸਟਰ ਨੂੰ ਲੈ ਕੇ ਪਿੱਛੇ ਵੀ ਬਹੁਤ ਸਾਰੀਆਂ ਰਿਪੀਟ ਬਹੁਤ ਹੋਈਆਂ ਵਾ, ਔਰ ਜਿਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ ਦਿਖਾਇਆ ਜਾਂਦਾ ਕਿ ਜਿਹੜੀਆਂ ਕੁਛ ਇਸ ਤਰ੍ਹਾਂ ਦੇ ਗੈਂਗਸਟਰ ਹੈਗੇ ਸੀ ਜਿਨ੍ਹਾਂ ਨੇ ਜੋ ਸਮਾਜਿਕ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ, ਕੋਈ ਇਸ ਤਰ੍ਹਾਂ ਦਾ ਸੁਨੇਹਾ ਵੀ? ਹਾਂਜੀ, ਇਸ ਫਿਲਮ ਦੇ ਵਿੱਚ ਸਭ ਤੋਂ ਮੇਨ ਚੀਜ਼ ਉਹੀ ਸੀਗੀ ਕਿ ਐਂਟੀ ਕਰਪਸ਼ਨ ਮੂਵੀ ਹੈ ਅਤੇ ਇਹਦੇ ਵਿੱਚ ਆਪਾਂ ਮੇਨਲੀ ਇਹ ਦਿਖਾਇਆ ਗਿਆ ਕਿ ਗਲਤ ਚੀਜ਼ਾਂ ਜੋ ਹੋ ਰਹੀਆਂ ਉਸਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਆ। ਅਤੇ ਮੇਸ ਲਈ ਇੱਕ ਤਾਂ ਇਸ ਮੂਵੀ ਵਿੱਚ ਇੱਕ ਗੈਂਗਸਟਰ ਨਾ ਹੋਣਾ ਇਹ ਨਹੀਂ ਹੈਗਾ ਕਿ ਆਪਾਂ ਗੈਂਗਸਟਰਾਂ 'ਤੇ ਬਣਾਈ ਗਈ ਆ, ਇੱਕ ਮੁੰਡੇ ਇੱਕ ਦਾ ਕਹਿ ਸਕਦੇ ਨੌਜਵਾਨ ਸੀਗੇ ਜਿਹਨਾਂ ਨੇ ਸਰਕਾਰ ਦੇ ਖਿਲਾਫ਼ ਆਵਾਜ਼ ਚੱਕੀ ਅਤੇ ਮੀਡੀਆ ਨੇ ਉਹਨਾਂ 'ਤੇ ਨਾ ਗੈਂਗਸਟ ਨਾਮ ਦੇ ਪਿੱਛੇ ਗੈਂਗਸਟਰ ਲਗਾ ਦਿੱਤਾ ਅਤੇ ਸਰਕਾਰ ਦੇ ਕੁਛ ਬੰਦੇ ਨੇ ਉਹਨਾਂ ਨਾਮ ਪਿੱਛੇ ਗੈਂਗਸਟਰ ਲਗਾ ਦਿੱਤਾ, ਜਿਸ ਕਰਕੇ ਉਹਨਾਂ ਨੂੰ ਫਿਰ ਨਾ ਅੱਗੇ ਕੰਟੀਨਿਊ ਕਰਨਾ ਪਿਆ ਅਤੇ ਉਸ ਹਿਸਾਬ ਨਾਲ ਉਹਨਾਂ ਦੇ ਜ਼ਿੰਦਗੀ ਵਿੱਚ ਕੀ ਫਰਕ ਪੈ ਗਿਆ। ਕੀ ਇਸ ਫਿਲਮ ਦੇ ਵਿੱਚ ਕੋਈ ਮੀਡੀਆ ਦੀ ਵੀ ਭੂਮਿਕਾ ਹੈ? ਹਾਂਜੀ, ਮੀਡੀਆ ਦੀ ਭੂਮਿਕਾ ਬਹੁਤ ਜ਼ਰੂਰੀ, ਬਹੁਤ ਵਧੀਆ ਭੂਮਿਕਾ ਹੈ, ਉਹ ਤੁਹਾਨੂੰ ਮੂਵੀ ਦੇਖਣ ਨੂੰ ਪਤਾ ਲੱਗੂਗੀ, ਬਟ ਕਾਫੀ ਭੂਮਿਕਾ ਹੈ, ਮਤਲਬ ਕਿ ਮੀਡੀਆ ਦੇ ਵਿੱਚ ਵੀ ਕਿੱਦਾਂ ਚੰਗੇ ਸਹੀ ਮੀਡੀਆ ਵੀ ਆ, ਪੇਡ ਮੀਡੀਆ ਵੀ ਆ, ਅਤੇ ਉਹ ਸਾਰਾ ਕੁਛ ਹੈ। ਇਹ ਸਨ ਫਿਲਮ ਦੇ ਡਾਇਰੈਕਟਰ ਸਾਹਿਬ ਔਰ ਇਹਨਾਂ ਨੇ ਬਹੁਤ ਬੜੇ ਅੱਛੇ ਤਰੀਕੇ ਦੇ ਨਾਲ ਫਿਲਮ ਦੇ ਬਾਰੇ ਜਾਣਕਾਰੀ ਦਿੱਤੀ ਔਰ ਉਸ ਦੇ ਨਾਲ ਨਾਲ ਜਿਹੜੇ ਹੈਗੇ ਫਿਲਮ ਦੀ ਕਾਸਟ ਜਿਹੜੀ ਹੈਗੀ ਹੈ। ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਰੰਧਾਵਾ ਜੀ ਨਾਲ, ਇਹਨਾਂ ਦੀ ਵੀ ਡੈਬਿਊ ਫਿਲਮ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਅੰਮ੍ਰਿਤ ਰੰਧਾਵਾ ਅਤੇ ਮੂਵੀ ਦੇ ਵਿੱਚ ਨਾਮ ਆ ਕਪਤਾਨ। ਅਤੇ 5 ਤਰੀਕ ਨੂੰ, 5 ਅਪ੍ਰੈਲ ਡੇਟ ਨੋਟ ਕਰ ਲਿਆ ਸਾਰੇ ਜਣੇ, ਅਤੇ 5 ਤਰੀਕ ਨੂੰ ਮੂਵੀ ਆ ਰਹੀ ਜੀ, ਸਾਰੇ ਜਣੇ ਨੇ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖ ਕੇ ਆਉਣਾ। ਔਰ ਕੀ ਭੂਮਿਕਾ ਉਹਦੇ ਵਿੱਚ ਮੇਨ ਹੈਗੀ ਜੀ ਤੁਹਾਡੀ ਔਰ ਜਿਹੜੇ ਲੋਕ ਵੇਖਣ ਵੀ ਜਾਣਗੇ? ਇਹਦੇ ਵਿੱਚ ਮੇਨ ਭੂਮਿਕਾ ਇਹੀ ਹੈ ਜੀ, ਆਪਣਾ ਮਤਲਬ ਮੇਰਾ ਕਿਰਦਾਰ ਜਿਹੜਾ ਉਹ ਸ਼ੁਰੂ ਤੋਂ ਹੀ ਇੱਕ ਮਤਲਬ ਲੋਕ ਸਰਕਾਰ ਤੋਂ ਹੀ ਭੜਕਿਆ ਹੋਇਆ ਇੱਕ ਕਿਰਦਾਰ ਹੈ ਜਿਹੜਾ ਪਹਿਲਾਂ ਤੋਂ ਹੀ ਗੈਂਗਸਟਰ ਬਣਿਆ ਬਣ ਚੁੱਕਾ ਵਾ ਜਿਹੜਾ, ਅਤੇ ਕੁਝ ਸਾਥੀ ਹੈ ਜਿਹੜੇ ਬਾਅਦ ਵਿੱਚ ਦੁਬਾਰਾ ਜਿਹੜੇ ਇੱਕ ਇਹੀ ਸਰਕਾਰ ਤੋਂ ਥੋੜ੍ਹਾ ਖਫਾ ਹੋ ਕੇ ਮੇਰੇ ਨਾਲ ਜੁੜਦੇ ਆ, ਅਤੇ ਫਿਰ ਉਹੀ ਬਾਅਦ ਵਿੱਚ ਅੱਗੇ ਸਾਰਾ ਚੱਲ ਰਿਹਾ। ਕੀ ਇਸ ਫਿਲਮ ਵਿੱਚ ਕੋਈ ਤੁਹਾਡੇ ਲੁੱਕ ਵੀ ਚੇਂਜ ਹੋਈ ਕਿਹੜਾ ਸੇਮ ਲੁੱਕ? ਲੁੱਕ ਜਸਟ ਥੋੜ੍ਹਾ ਬਹੁਤ ਆਪਣੇ ਡਾਇਰੈਕਟਰ ਸਾਹਿਬ ਨੇ ਕੀਤਾ ਹੀ ਹੈ ਚੇਂਜ, ਉਹ ਤੁਸੀਂ ਬਾਕੀ ਮੂਵੀ ਦੇਖ ਕੇ। ਹਾਂਜੀ, ਤੁਹਾਡਾ ਨਾਮ ਜੀ? ਕਰਨ ਸਿੰਘ। ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਯੋਗ ਸਮਝਿਆ ਔਰ ਸਾਨੂੰ ਇੱਕ ਮੌਕਾ ਦੇ ਰਹੇ ਹੋ। ਇਹ ਫਿਲਮ ਜਿਹੜੀ ਗੈਂਗਸਟਰ ਵਰਸਸ ਸਟੇਟ ਆ, ਕਪਿਲ ਪੁੱਤਰਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੋਈ ਆ, ਜਿਹਨੂੰ ਆਲਮਗੀਰ ਜੀ ਨੇ ਡਾਇਰੈਕਟ ਕੀਤਾ, ਬੀ ਓ ਬੀ ਬਿੱਟੂ ਭਾਈ ਨੇ।
ਔਰ ਇਸ ਫਿਲਮ ਦਾ ਮੇਨ ਮਕਸਦ ਇਹ ਨਹੀਂ ਆ ਕਿ ਅਸੀਂ ਗੈਂਗਸਟਰਵਾਦ ਨੂੰ ਵਧਾਵਾ ਦੇ ਰਹੇ ਹਾਂ। ਇਹਦੇ ਵਿੱਚ ਉਹ ਸਤਾਏ ਹੋਏ ਲੋਕ ਜਿਹੜੇ ਲੋਕ ਪਰਸਨਲ ਸਰਕਾਰੀ ਲੋਕ ਨੇ, ਹੋਰ ਵੀ ਲੋਕ ਨੇ ਜਿਹੜੇ ਆਪਣੇ ਪਰਸਨਲ ਮੈਟਰਸ ਵਾਸਤੇ, ਪਰਸਨਲ ਆਪਣੇ ਫਾਇਦੇ ਵਾਸਤੇ ਕਿਸੇ ਚੰਗੀ ਭਲੀ ਸਾਫ਼ ਸੁਥਰੀ ਸ਼ਰੀਫ ਫੈਮਿਲੀ ਨੂੰ ਯੂਜ਼ ਕਰਦੇ ਨੇ, ਤੰਗ ਕਰਦੇ ਨੇ, ਜਿਨ੍ਹਾਂ ਦੇ ਸੁਪਨੇ ਕੁਛ ਹੋਰ ਆ, ਉਹਨਾਂ ਨੂੰ ਇੱਥੋਂ ਤੱਕ ਮਜਬੂਰ ਕੀਤਾ ਜਾਂਦਾ ਕਿ ਉਹ ਭਟਕ ਜਾਂਦਾ। ਅਤੇ ਫਿਰ ਉਹ ਇਸ ਲਾਈਨ ਦੇ ਵਿੱਚ ਆਉਂਦਾ ਮਜਬੂਰਨ ਤੌਰ 'ਤੇ। ਉਹ ਗੈਂਗਸਟਰਵਾਦ ਉਹ ਮਤਲਬ ਇਹ ਹੈ ਕਿ ਉਹ ਆਪਣੇ ਪਰਸਨਲ ਇਫੈਕਟਸ ਉਹਦੇ ਆਪਣੇ ਜਿਹੜੇ ਆ ਜਿਨ੍ਹਾਂ ਤੋਂ ਸਤਾਇਆ ਹੋਇਆ, ਉਹ ਇਹ ਨਹੀਂ ਚਾਹੁੰਦਾ ਵੀ ਮੈਂ ਤਾਂ ਸ਼ਿਕਾਰ ਹੋ ਗਿਆ, ਹੋਰ ਕੋਈ ਹੋਵੇ। ਅਤੇ ਉਹ ਇੱਕ ਬੰਦਾ ਆਵਾਜ਼ ਚੁੱਕਦਾ, ਉਹ ਆਵਾਜ਼ ਜਿਹੜੀ ਚੁੱਕਦਾ ਉਹ ਆਪਣੇ ਲੋਕਾਂ ਦੀ ਭਲਾਈ ਵਾਸਤੇ ਚੁੱਕਦਾ, ਪਰ ਉਹਨੂੰ ਸਰਕਾਰ ਗੈਂਗਸਟਰ ਦਾ ਨਾਂ ਦੇ ਦਿੰਦੀ। ਔਰ ਫਿਲਮ ਦਾ ਬੜਾ ਤਕੜਾ ਮੈਸੇਜ ਆ, ਫਿਲਮ ਦਾ ਬਹੁਤ ਤਕੜਾ। ਇਹਦੇ ਵਿੱਚ ਆਉਣ ਵਾਲੀ ਯੂਥ ਨੂੰ ਵੀ ਪਤਾ ਲੱਗੇਗਾ, ਕੁਛ ਸਰਕਾਰ ਆ ਉਹਦੇ ਵੀ ਕੰਨ ਖੁੱਲ੍ਹਣਗੇ ਵੀ ਸਾਡੀਆਂ ਗਲਤੀਆਂ ਕਰਕੇ, ਕਿਉਂਕਿ ਐਂਡ ਗੈਂਗਸਟਰ ਦਾ ਐਂਡ ਕੀ ਹੈ, ਐਂਡ ਦਾ ਸਭ ਨੂੰ ਪਤਾ। ਪਰ ਇੱਕ ਚੰਗੇ ਭਲੇ ਇਨਸਾਨ ਨੂੰ, ਸਾਫ਼ ਸੁਥਰੇ ਇਨਸਾਨ ਨੂੰ ਇੱਕ ਲਾਗ ਲਾ ਦੇਣੀ ਅਤੇ ਉਹਦੇ ਨਾਂ ਦੇ ਪਿੱਛੇ ਗੈਂਗਸਟਰ ਲੱਗਣਾ ਬਹੁਤ ਵੱਡੀ ਕੁਰੀਤੀ ਹੈ, ਅਤੇ ਇਹ ਦੂਰ ਹੋਣੀ ਚਾਹੀਦੀ ਹੈ। ਮੈਸੇਜ ਬਹੁਤ ਵਧੀਆ ਫਿਲਮ ਦੇ ਥਰੂ ਜਾਂਦਾ, ਫਿਲਮ ਵਧੀਆ ਹੈ, ਇਮੋਸ਼ਨਸ ਨੇ, ਥੋੜ੍ਹੀ ਥੋੜ੍ਹੀ ਕਾਮੇਡੀ ਵੀ ਹੈ ਅਤੇ ਐਕਸ਼ਨ ਮੂਵੀ ਹੈ। ਔਰ ਇਹ ਪਹਿਲੀ ਫਿਲਮ ਆ ਜਿਹੜੀ ਬੋਲੀਵੁੱਡ ਦੀ ਹੋਣ ਦੀ ਬਜਾਏ ਬੋਲੀਵੁੱਡ ਸਟਾਈਲ 'ਚ ਬਣੀ ਹੈ। ਪਹਿਲੀ ਵਾਰੀ ਹੋਇਆ ਕਿ ਬੋਲੀਵੁੱਡ ਵਿੱਚ ਅਸੀਂ ਇੱਕ ਬੋਲੀਵੁੱਡ ਸਟਾਈਲ ਫਿਲਮ ਲੈ ਕੇ ਆਏ, ਬੜੀ ਵਧੀਆ ਤਰੀਕੇ ਨਾਲ ਸ਼ਿੰਗਾਰੀ ਹੈ, ਬਹੁਤ ਵਧੀਆ ਆਰਟਿਸਟ ਨੇ, ਅਨੀਸ਼ ਰਾਜਪੂਤ ਆ, ਸਾਜਨ ਕਪੂਰ ਆ, ਅੰਮ੍ਰਿਤ ਰੰਧਾਵਾ, ਮਤੇਜ ਮਾਨ, ਅਤੇ ਉਹ ਕਪਿਲ ਬੱਤਰਾ ਜੀ ਦੀ ਪਹਿਲੀ ਗੱਲ, ਉਹਨਾਂ ਬਹੁਤ ਵਧੀਆ ਵਧੀਆ ਮੂਵੀ ਦਿੱਤੀਆਂ ਹੋਈਆਂ ਪਹਿਲਾਂ। ਔਰ ਉਹਨਾਂ ਦੀ ਸ਼ੁਰੂ ਤੋਂ ਗਈ ਰਹੀ ਆ ਇੱਕ ਗੱਲ, ਗਿੱਪੀ ਗਰੇਵਾਲ ਤੋਂ ਲੈ ਕੇ ਦਲਜੀਤ ਤੋਂ ਲੈ ਕੇ ਅਮਰਿੰਦਰ ਗਿੱਲ ਤੋਂ ਲੈ ਕੇ ਉਹਨਾਂ ਨੇ ਡੈਬਿਊ ਕਰਵਾਇਆ, ਉਹਨਾਂ ਨੂੰ ਬੰਦੇ ਨੂੰ ਹਿੱਟ ਕੀਤਾ ਔਰ ਨਵੇਂ ਆਰਟਿਸਟ ਨੂੰ ਮੌਕਾ ਦਿੰਦੇ ਆ। ਅਤੇ ਮੈਨੂੰ ਪਤਾ, ਉਮੀਦ ਆ ਆਡੀਅੰਸ ਆਪਣਾ ਪਿਆਰ ਦਊਗੀ, ਔਰ ਇਹਨਾਂ ਸਿਤਾਰਿਆਂ ਨੂੰ ਇੱਕ ਚਮਕਦਾ ਹੋਇਆ ਸਿਤਾਰਾ ਜਿਹਨੂੰ ਕਿ ਸਾਰੀ ਦੁਨੀਆ ਜਾਣੇਗੀ, ਜਿਨ੍ਹਾਂ ਦੀ ਆਲਮਗੀਰ ਜੀ ਦੀ ਵੀ ਡੈਬਿਊ ਮੂਵੀ ਹੈ, ਆਉਣ ਵਾਲੇ ਬਹੁਤ ਵਧੀਆ ਡਾਇਰੈਕਟਰ ਹੁਣ ਅੱਗੇ ਵੀ ਕੰਮ ਕਰਨ, ਮੇਰੀਆਂ ਸ਼ੁਭੇਚਛਾਵਾਂ ਇਹਨਾਂ ਨੂੰ ਵੀ, ਅਤੇ ਬਹੁਤ ਬਹੁਤ ਧੰਨਵਾਦ ਵੀ ਮੈਂ ਇਸ ਫਿਲਮ ਦਾ ਇੱਕ ਹਿੱਸਾ ਬਣੀ। ਹਾਂਜੀ, ਤੁਹਾਡਾ ਨਾਮ ਜੀ? ਜੀ, ਮੇਰਾ ਨਾਮ ਹਨੀਸ਼ ਰਾਜਪੂਤ। ਹਨੀਸ਼ ਜੀ, ਕੀ ਕਰ ਚੁੱਕੇ ਤੁਸੀਂ ਪਹਿਲਾਂ ਔਰ ਇਸ ਫਿਲਮ ਦੇ ਵਿੱਚ ਕੀ ਕੀਤਾ? ਹਾਂਜੀ ਸਰ, ਪਹਿਲਾਂ ਮਤਲਬ ਮੈਂ ਜ਼ਿਆਦਾ ਥੀਏਟਰ ਨਾਲ ਜੁੜਿਆ ਨਹੀਂ, ਸਟੇਜ ਨਾਲ ਮੰਚ ਬਹੁਤ ਕੀਤਾ। ਮੈਂ ਦਿੱਲੀ ਬੰਬੇ ਤੱਕ ਜਾ ਚੁੱਕਾ ਹਾਂ ਥੀਏਟਰ ਦੀ ਬਿਹਾਫ 'ਤੇ, ਐਂਡ ਸਕਰੀਨ ਵਿੱਚ ਮਤਲਬ ਸਕਰੀਨ ਮੇਰੀ ਸ਼ੁਰੂ ਹੋਈ ਆ ਯੰਗ ਲੰਗ ਦੀ ਮਾਨ ਤੋਂ ਬਾਅਦ, ਮਤਲਬ ਸਾਈਨ ਭਾਈ ਦੇਣ ਤੋਂ ਬਾਅਦ ਇਹਨਾਂ ਨੇ ਕਰਵਾਈ, ਬਿਕੋਜ਼ ਉਸ ਤੋਂ ਪਹਿਲੇ ਹੁੰਦਾ ਨਾ ਵੀ ਸਾਡੇ ਥੀਏਟਰ ਵਿੱਚ ਹੈਗਾ ਵੀ ਜ਼ਿਆਦਾ ਨੌਲੇਜ ਹੈ, ਮਤਲਬ ਆਰਟਿਸਟ ਸਿਰਫ ਇੰਨਾ ਹੀ ਆ, ਮੈਂ ਇੱਥੇ ਰਹਿੰਦਾ, ਮੇਰਾ ਘਰ ਇਹੀ ਹੈ, ਮੇਰਾ ਸਭ ਕੁਛ ਇਹੀ ਹੈ। ਸੋ ਇਹਨਾਂ ਨੇ ਥੋੜ੍ਹਾ ਬਾਹਰ ਕੱਢਿਆ ਸਾਨੂੰ। ਸੋ ਮੂਵੀ ਵਿੱਚ ਜਿਹੜਾ ਮੂਵੀ ਤੱਕ ਆਈਏ ਤਾਂ ਹਾਂ, ਮੇਰਾ ਐਕਸਪੀਰੀਅੰਸ ਮੇਰੇ ਲਈ ਨਵਾਂ ਸੀ, ਬਿਲਕੁਲ ਫਰੈਸ਼ ਐਕਸਪੀਰੀਅੰਸ। ਬਸ ਮੈਨੂੰ ਇੱਕ ਹੈਗਾ ਸੀ ਵੀ ਮੈਨੂੰ ਮੇਰੇ ਕੰਮ ਦਾ ਪਤਾ ਸੀ ਬਸ, ਬਾਕੀ ਸਭ ਕੁਛ ਮੇਰੇ ਲਈ ਨਵਾਂ ਸੀ, ਜਿਵੇਂ ਜੋ ਵੀ ਉੱਥੇ ਪ੍ਰਿਪਰੇਸ਼ਨਸ ਹੋ ਰਹੀਆਂ, ਜੋ ਵੀ ਸੀਨ ਤਿਆਰ ਹੋ ਰਹੇ ਆ, ਜੋ ਸਕ੍ਰਿਪਟਸ ਆ ਰਹੀ ਆ ਸਭ, ਐਂਡ ਮੇਰੇ ਕੋਲ ਆਰਟਿਸਟ ਕਰਨ ਭਾਜੀ ਕਾਫੀ ਸੀਨੀਅਰ ਹੈਗੇ ਨੇ, ਮਤਲਬ ਆਲਮੋਸਟ ਸਾਰੇ ਮੇਰੇ ਤੋਂ ਸੀਨੀਅਰ ਨੇ ਏਜ ਵਿੱਚ ਵੀ ਅਤੇ ਐਕਸਪੀਰੀਅੰਸ ਵਿੱਚ ਵੀ। ਸੋ ਕਾਫੀ ਸਪੋਰਟ ਕਰਦੇ ਨੇ ਮੈਨੂੰ ਇਸ ਚੀਜ਼ ਪਾਸਿਓਂ, ਐਂਡ ਮੂਵੀ ਵਿੱਚ ਮੇਰਾ ਮਤਲਬ ਐਕਸ਼ਨ ਮੂਵੀ ਆ ਅਤੇ ਮੇਰੇ ਜਿੰਮੇ ਡਾਇਰੈਕਟਰ ਸਾਹਿਬ ਨੇ ਦਿੱਤੀ ਕੌਮੇਡੀ, ਸੋ ਕਹਿੰਦੇ ਕੌਮਿਕ ਕਰਨੀ ਆ, ਸੋ ਤੁਹਾਨੂੰ ਥੋੜ੍ਹਾ ਬਹੁਤ ਕੌਮਿਕ ਸੀਨਸ ਮਿਲਣਗੇ ਮੇਰੇ ਇਹਦੇ ਵਿੱਚ ਕਰਨ ਲਈ। ਬਟ ਕਾਫੀ ਵਧੀਆ ਲੱਗਣ, ਬਹੁਤ ਵਧੀਆ ਐਕਸਪੀਰੀਅੰਸ ਹੈ ਥੀਏਟਰ ਤੋਂ ਹੱਟ ਕੇ ਇੱਕ ਸਕਰੀਨ ਨੂੰ ਫੇਸ ਕਰਨਾ, ਦੋ ਅਲੱਗ ਪਹਿਲੂ ਨੇ, ਥੀਏਟਰ ਵੀ ਅਤੇ ਸਕਰੀਨ ਵੀ, ਇੱਕੋ ਸਿੱਕੇ ਦੇ ਦੋ ਪਾਸੇ ਹੈਗੇ ਨੇ। ਗੱਲ ਕਰਦੇ ਹਾਂ ਸਾਜਨ ਜੀ ਨਾਲ। ਸਾਜਨ ਜੀ, ਤੁਸੀਂ ਤਾਂ ਬਹੁਤ ਬੱਲਾਂ ਮਾਰੀਆਂ ਜੀ ਵੈਸੇ ਵੀ, ਖਾਸ ਕਰਕੇ ਅਗਰ ਆਪਾਂ ਸਟੇਜ ਸ਼ੋਅ ਦੇ ਵਿੱਚ ਗੱਲ ਕਰੀਏ ਜਾਂ ਕੋਈ ਥੀਏਟਰ ਦੀ ਗੱਲ ਕਰੀਏ, ਅਤੇ ਇਸ ਫਿਲਮ ਦੇ ਵਿੱਚ ਤੁਸੀਂ ਵੀ ਡੈਬਿਊ ਕੀਤਾ, ਫਿਲਮਾਂ ਤੁਹਾਡੀਆਂ ਬਹੁਤ ਸਾਰੀਆਂ ਆਈਆਂ, ਕਿਸ ਤਰ੍ਹਾਂ ਦਾ ਲੱਗਿਆ? ਬਹੁਤ ਵਧੀਆ ਲੱਗ ਰਿਹਾ ਜੀ। ਇਸ ਤੋਂ ਪਹਿਲੇ ਮੈਂ ਬਹੁਤ ਫਿਲਮਾਂ ਕੀਤੀਆਂ ਨੇ, ਬਹੁਤ ਵੱਡੇ ਵੱਡੇ ਡਾਇਰੈਕਟਰਾਂ ਨਾਲ ਵੱਡੀਆਂ ਫਿਲਮਾਂ ਕੀਤੀਆਂ ਨੇ, ਨੋਟਿਸ ਵੀ ਹੁੰਦੀਆਂ ਰਹੀਆਂ ਨੇ, ਪਰ ਮੈਨੂੰ ਲੱਗਦਾ ਪਿਆ ਵਾ ਕਿ ਇਹ ਪਹਿਲੀ ਮੂਵੀ ਹੈ ਜਿਹਦੇ ਵਿੱਚੋਂ ਲੋਕ ਪਛਾਣਨਗੇ ਕਿ ਹਾਂਜੀ ਸਾਜਨ ਕਪੂਰ ਨੇ ਵੀ ਇਹ ਫਿਲਮ ਕੀਤੀ ਸੀ। ਔਰ ਬਹੁਤ ਬਹੁਤ ਸ਼ੁਕਰੀਆ ਕਪਿਲ ਭਾਜੀ ਦਾ, ਜਦੋਂ ਫਿਲਮ ਸ਼ੁਰੂ ਕੀਤੀ ਤਾਂ ਉਹਨਾਂ ਨੇ ਸਭ ਤੋਂ ਪਹਿਲੇ ਮੈਨੂੰ ਕਾਲ ਕੀਤੀ ਕਿ ਆਪਾਂ ਇਸ ਤਰ੍ਹਾਂ ਦੀ ਫਿਲਮ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੇ ਐਕਟਰ ਚਾਹੀਦੇ ਆ ਮੈਨੂੰ, ਅਤੇ ਤੁਹਾਡਾ ਥੀਏਟਰ ਗਰੁੱਪ ਦਾ ਮੈਂ ਸੁਣਦਾ ਪਿਆ ਕਿ ਕਾਫੀ ਵਧੀਆ ਹੈਗਾ ਵਾ, ਜੇ ਤੁਹਾਡੇ ਕੋਲ ਕੋਈ ਆਰਟਿਸਟ ਹੈਗੇ ਤਾਂ ਤੁਸੀਂ ਦੱਸੋ ਉਹਨਾਂ ਦੇ ਬਾਰੇ। ਔਰ ਤਿੰਨਾਂ ਬੰਦਿਆਂ ਦੇ ਬਾਰੇ ਮੈਂ ਉਹਨਾਂ ਨੂੰ ਦੱਸਿਆ, ਔਰ ਦੂਸਰੇ ਦਿਨ ਵੀ ਉਹਨਾਂ ਨੇ ਸਾਰਿਆਂ ਨੂੰ ਬੁਲਾ ਕੇ ਫਿਲਮ ਸਾਈਨ ਕਰ ਲਈ, ਕਹਿੰਦੇ ਚਲੋ ਠੀਕ ਹੈ, ਮੇਰੇ ਵਾਸਤੇ ਸਾਰੇ ਐਕਟਰ ਵਧੀਆ ਹੈਗੇ, ਜੋ ਜੋ ਮੈਂ ਕਰੈਕਟਰ ਸੋਚੇ ਸੀ ਸਾਰੇ ਉਹਨਾਂ ਦੇ ਫਿੱਟ ਬੈਠਦੇ ਪਏ ਨੇ, ਅਤੇ ਅਸੀਂ ਉਹ 10-15 ਦਿਨਾਂ ਦੇ ਮੂਵੀ ਸ਼ੁਰੂ ਕਰ ਰਹੇ ਹਾਂ, ਸੋ ਸਾਰੇ ਪਾਰਟ ਉਸ ਮੂਵੀ ਦਾ ਬਣ ਗਏ। ਕੀ ਪਾਰਟ ਹੈ ਤੁਹਾਡਾ ਇਸ ਮੂਵੀ ਵਿੱਚ? ਮੇਰਾ ਐਕਚੁਅਲ ਦੇ ਵਿੱਚ ਇਹਦੇ ਵਿੱਚ ਤਿੰਨ ਫਰੈਂਡ ਹੈਗੇ ਨੇ, ਜਿਹੜਾ ਮੇਨ ਕਰੈਕਟਰ ਜਿਹੜਾ ਸਾਡਾ ਦੁੱਲਾ ਕਰ ਰਿਹਾ ਵਾ, ਉਹਦੇ ਨਾਲ ਅਸੀਂ ਦੋਨੋਂ ਜਣੇ ਹੈਗੇ ਆ, ਉਹਦਾ ਆਪਣਾ ਕਰੈਕਟਰ ਹੈ, ਸਾਡਾ ਆਪਣਾ ਕਰੈਕਟਰ ਹੈ, ਪਰ ਜਦੋਂ ਵੀ ਕੋਈ ਕੰਮ ਪੈਂਦਾ, ਜਦੋਂ ਵੀ ਕਿਸੇ ਦੇ ਉੱਤੇ ਮੁਸ਼ਕਿਲ ਪੈਂਦੀ ਹੈਗੀ, ਸਾਰੇ ਇਕੱਠੇ ਰਹਿੰਦੇ ਹੈਗੇ ਨੇ, ਚਾਹੇ ਉਹਦੀ ਫੈਮਿਲੀ ਪ੍ਰੋਬਲਮ ਹੁੰਦੀ ਹੈ ਜਾਂ ਜੋ ਵੀ ਉਹਦੀ ਲਵ ਲਾਈਫ ਹੈਗੀ ਹੈ, ਜਿਸ ਤਰ੍ਹਾਂ ਦੀ ਵੀ ਹੈਗੀ, ਉਹ ਸਾਰੇ ਅਸੀਂ ਇਕੱਠੇ ਹੈਗੇ ਹਾਂ ਸਾਰੇ ਉਸ ਦੇ ਵਿੱਚ, ਅਤੇ ਉਹ ਸਾਰਾ ਪੈਰਲਰ ਹੀ ਚੱਲਦਾ ਸਾਰੀਆਂ ਚੀਜ਼ਾਂ ਲੈ ਕੇ ਅਸੀਂ। ਇਸ ਫਿਲਮ ਦੇ ਵਿੱਚ ਸਾਰੇ ਬਦਮਾਸ਼ ਹੈਗੇ, ਮੈਂ ਬਹੁਤ
ਹੋਰ ਵੀ ਘਟਨਾਵਾਂ ਕਈ ਹੁੰਦੀਆਂ ਨੇ ਜਦੋਂ ਨਾਟਕ ਉਹ ਪਲੇਅ ਦੇਖੋਗੇ ਜਾਂ ਫਿਲਮ ਦੇਖੋਗੇ ਤੁਹਾਨੂੰ ਆਪੇ ਉਹਦੇ ਪਤਾ ਲੱਗ ਜਾਊਗਾ। ਇਹ ਸਨ ਜੀ ਸਾਰੀ ਫਿਲਮ ਦੀ ਕਾਸਟ ਔਰ ਕਾਲ ਸਾਰੇ ਖਾਸ ਕਰਕੇ ਸਿਤਾਰਿਆਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣੀ ਫਿਲਮ ਦੇ ਜੋ ਐਕਸਪੀਰੀਅੰਸ ਸੀ ਜੋ ਤਜਰਬਾ ਸੀ ਉਹ ਦੱਸਿਆ। ਇੱਕ ਵਾਰੀ ਫਿਰ ਅਸੀਂ ਜੋ ਫਿਲਮ ਦੇ ਨਿਰਦੇਸ਼ਕ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਆਲਮ ਜੀ, ਇਸ ਫਿਲਮ ਦੇ ਵਿੱਚ ਤੁਸੀਂ ਵੀ ਡੈਬਿਊ ਕੀਤਾ ਔਰ ਤੁਹਾਡੀ ਕਾਸਟ ਸਾਰੀ ਨੇ ਡੈਬਿਊ ਕੀਤਾ, ਔਰ ਕੀ ਤੁਸੀਂ ਸਮਝਦੇ ਜੇ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਜਿਹੜੀ ਕਾਸਟ ਹੈ ਜਾਂ ਉਹ ਇੱਕ ਫੇਮਸ ਜਿਹੜੇ ਚਿਹਰੇ ਆ ਹੋਣੇ ਚਾਹੀਦੇ ਆ, ਕੀ ਉਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਹੈ? ਕੰਟੈਂਟ ਇਜ਼ ਅ ਥਿੰਗ, ਜੋ ਕੰਟੈਂਟ ਵਧੀਆ ਸੀਗਾ ਅਤੇ ਉਹਦੇ ਵਿੱਚ ਵੈਸੇ ਇੱਕ ਫਨੀ ਸੀਗਾ ਕਿ ਇੱਕ ਨਵਾਂ ਕੰਸੈਪਟ ਆ, ਇੱਕ ਫਰੈਸ਼ ਕੰਸੈਪਟ ਆ, ਸੋ ਡੈਟ ਆਪਾਂ ਕੁਛ ਫਰੈਸ਼ ਲੈ ਕੇ ਆਈਏ, ਜਦ ਤੱਕ ਕਿ ਲੋਕਾਂ ਨੂੰ ਵੀ ਹੁੰਦਾ ਨੇ ਕਿ ਕਿੱਦਾਂ ਕਿ ਉਹ ਹੀਰੋ ਆ, ਲੋਕ ਐਕਸਪੈਕਟ ਕਰਦੇ ਕਿ ਉੱਥੇ ਤੋਂ ਉੱਦਾਂ ਲੱਗੂਗਾ, ਉਹ ਹੀਰੋ ਉੱਦਾਂ ਕਰੂਗਾ ਇੱਕ, ਬਟ ਫਰੈਸ਼ ਜਦੋਂ ਤੁਸੀਂ ਲੈ ਕੇ ਆਉਂਦੇ ਨਾ ਤੁਸੀਂ ਤੁਹਾਨੂੰ ਹੋਣਾ ਚਾਹੀਦਾ ਕਿ ਤੁਸੀਂ ਫਰੈਸ਼, ਕਿਉਂਕਿ ਹੁਣ ਐਕਸਪੈਕਟੇਸ਼ਨ ਲੋਕਾਂ ਨੂੰ ਉਹ ਨਹੀਂ ਹੁੰਦੀ ਕਿ ਇਹਨੇ ਇੱਦਾਂ ਦਾ ਕਰਨਾ ਜਿਹੜੇ ਇੱਦਾਂ ਕਰਨਾ, ਉਹ ਫਿਰ ਕਾਫੀ ਫਾਇਦੇ ਵਿੱਚ ਰਹਿ ਜਾਂਦਾ ਸੀਗਾ। ਇਹ ਸਨ ਜੀ 5 ਤਰੀਕ ਨੂੰ ਜਿਹੜੀ ਫਿਲਮ ਆ ਰਹੀ ਆ ਉਹਦੀ ਸਾਰੀ ਕਾਸਟਿੰਗ, ਔਰ ਉਹਨਾਂ ਦੇ ਨਾਲ ਅਸੀਂ ਜਿਹੜੇ ਸਾਡੇ ਨਿਰਦੇਸ਼ਕ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ, ਔਰ ਇਹਨਾਂ ਨੇ ਜੋ ਐਕਸਪੀਰੀਅੰਸ ਆਪਣੇ ਦੱਸਿਆ ਉਹਦੇ ਵਿੱਚ ਪਤਾ ਚੱਲਦਾ ਹੈ ਕਿ ਚਾਹੇ ਮਾਹੌਲ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ, ਅਗਰ ਬੰਦਾ ਕੋਈ ਕਿਸੇ ਗੱਲ ਦੇ ਵਿੱਚ ਕੋਈ ਇਸ ਤਰ੍ਹਾਂ ਜਾਂ ਆਪਾਂ ਅਪਰਾਧ ਦੀ ਗੱਲ ਕਰਦੇ ਹਾਂ ਜਾਂ ਅਪਰਾਧੀ ਬਣ ਜਾਏ ਜਾਂ ਕੁਛ ਬਣਦੇ, ਲੇਕਿਨ ਬਹੁਤ ਸਾਰੇ ਇਹਨਾਂ ਨੇ ਜੋ ਐਕਸਪੀਰੀਅੰਸ ਸ਼ੇਅਰ ਕੀਤੇ ਉਹਦੇ ਵਿੱਚ ਹੈਗਾ ਕਿ ਜੜ੍ਹ ਤੋਂ ਕੋਈ ਅਪਰਾਧੀ ਨਹੀਂ ਬਣਦਾ। ਕੈਮਰਾਮੈਨ ਸੰਦੀਪ ਦੇ ਨਾਲ ਸਵਿੱਤਰ ਸਿੰਘ, ਵੋਇਸ ਆਫ ਇੰਡੀਆ 24/7।